ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਮੇਰਾ ਨਾਮ ਪਲਕਦੀਪ ਕੌਰ ਹੈ, ਸ਼ੁਤਰਾਣੇ ਤੋਂ। ਅਸੀਂ ਸਾਰੇ ਇੱਥੇ ਦੇਖਣ ਆਏ ਹਾਂ ਕਿ ਜੋ ਸਾਡੇ ਕਿਸਾਨ ਦਿੱਲੀ ਤੋਂ ਆ ਰਹੇ ਨੇ, ਅਸੀਂ ਉਹਨਾਂ ਨੂੰ ਦੇਖਣ ਵਾਸਤੇ ਆਏ ਹਾਂ ਜੋ ਦਿੱਲੀ ਦੇ ਵਿੱਚ ਬੈਠੇ ਸੀਗੇ, ਕਿਉਂਕਿ ਸਾਡੇ ਹੱਕ ਸਨ ਜੋ ਮੋਦੀ ਸਾਹਿਬ ਨਹੀਂ ਸਨ ਦੇ ਰਹੇ, ਮੋਦੀ ਨਹੀਂ ਸੀ ਦੇ ਰਿਹਾ। ਅਸੀਂ ਆਪਣੇ ਹੱਕ ਲੈਣ ਵਾਸਤੇ ਦਿੱਲੀ ਤੱਕ ਗਏ ਸੀਗੇ। ਕਿੰਨਾ ਚਿਰ ਬੈਠੇ ਇੱਥੇ ਕਿਸਾਨ ਤੁਹਾਡੇ ਜਿਹੜੇ ਇੱਥੇ? ਸਾਲ ਡੇਢ। ਹੁਣ ਕੀ ਹੋਇਆ ਫੈਸਲਾ? ਕੀ ਹੁਣ ਮੋਦੀ ਸਰਕਾਰ ਨੇ ਸਾਡੇ ਫੈਸਲੇ ਮੰਨ ਲਏ ਨੇ ਤੇ ਤਾਂ ਕਰਕੇ ਅਸੀਂ ਇੱਥੇ ਆ ਗਏ ਹਾਂ ਵਾਪਸ। ਹਾਂਜੀ, ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਕਿਸਾਨ ਦਿੱਲੀ ਤੋਂ ਵਾਪਸ ਆ ਰਹੇ ਨੇ। ਕਿਸਾਨਾਂ ਨੂੰ ਬਹੁਤ ਵੱਡਾ ਸੰਘਰਸ਼ ਕਰਨਾ ਪਿਆ, ਕਈ ਕਿਸਾਨ ਸ਼ਹੀਦ ਵੀ ਹੋ ਗਏ ਇਸ ਸੰਘਰਸ਼ ਦੇ ਵਿੱਚ। ਲੱਗਦਾ ਜਿਹੜੇ ਮੋਦੀ ਸਰਕਾਰ ਨੇ ਕਾਨੂੰਨ ਜਿਹੜੇ ਲਾਗੂ ਕੀਤੇ ਸੀ ਆਪਣੇ ਵਾਸਤੇ ਠੀਕ ਨਹੀਂ ਸੀ? ਨਹੀਂ, ਬਿਲਕੁਲ ਵੀ ਠੀਕ ਨਹੀਂ ਸੀ, ਕਿਉਂਕਿ ਉਹ ਪੈਲੀਆਂ ਛੀਨਣਾ ਚਾਹੁੰਦੇ ਸੀ ਸਾਡੇ ਤੋਂ, ਖੋਣਾ ਚਾਹੁੰਦੇ ਸੀ ਕਿਸਾਨ ਦੀ ਪੈਲੀ। ਹੁਣ ਜਿਹੜਾ ਕਾਨੂੰਨ ਰੱਦ ਕਰਦੇ ਹੁਣ ਤੁਹਾਨੂੰ ਫਾਇਦਾ ਹੋਊਗਾ ਇਹਦੇ ਵਿੱਚ ਬਹੁਤ ਜ਼ਿਆਦਾ? ਹਾਂਜੀ, ਕਿਉਂਕਿ ਕਿਸਾਨ ਦੀ ਪੈਲੀ ਕਿਸਾਨ ਦੇ ਕੋਲ ਹੀ ਰਹੇਗੀ। ਕਿਸਾਨ ਵਾਪਸ ਆ ਗਏ ਸਾਰੇ? ਹਾਂਜੀ, ਆ ਰਹੇ ਨੇ, ਪੂਰੇ ਦਿਨ ਹੀ ਆਏ ਪਰ ਹੌਲੀ ਹੌਲੀ ਸਾਰੇ ਕਿਸਾਨ ਆ ਰਹੇ ਨੇ। ਅਸੀਂ ਟੋਲ ਪਲਾਜ਼ਾ ਤੇ ਰਾਤ ਕੀ ਕੀਤਾ ਸੀ ਇੱਥੇ ਕਿਸਾਨਾਂ ਨੇ? ਰਾਤ ਇੱਥੇ ਜਸ਼ਨ ਮਨਾਇਆ ਸੀ, ਕਿਸਾਨਾਂ ਨੇ ਨੱਚੇ ਸਨ, ਭੰਗੜੇ ਪਾਏ ਸਨ ਅਤੇ ਸਾਰੇ ਕਿਸਾਨ ਉੱਥੇ ਵੀ ਆ ਰਹੇ ਸਨ, ਜਸ਼ਨ ਮਨਾਇਆ ਗਿਆ ਸੀ। ਮਨਵੀਰ ਕੌਰ। ਕਿਹੜਾ ਪਿੰਡ ਹੈ? ਸ਼ਿਤਰਾਣਾ। ਅੱਜ ਤੁਸੀਂ ਕਿੱਥੇ ਖੜੇ ਹੋ? ਅੱਜ ਆਪੀ ਟੂਲ ਟੈਕਸ ਤੇ ਖੜੇ ਹਾਂ। ਕੀ ਕਰਨਾ ਸੀ ਕਿਸਾਨਾਂ ਨੇ? ਕਿਹੜੇ ਕਿਸਾਨ ਗਏ ਸੀ, ਕਿੱਥੇ ਗਏ ਸੀ? ਕਿਸਾਨ ਦਿੱਲੀ ਗਏ ਸਨ। ਹਰਕੀਰਤ ਕੌਰ ਸੀ, ਟੂਲ ਪਲਾਜ਼ਾ ਤੇ ਖੜੇ ਹਾਂ। ਕੀ ਕਰਨ ਜੀ ਦਿੱਲੀ ਗਏ ਸੀ, ਕੀ ਕੰਮ ਸੀ? ਖੇਤੀ ਕਾਨੂੰਨ ਵਾਪਸ ਕਰਾਉਣ ਗਏ ਸੀ। ਤੇ ਹੁਣ ਕੀ ਹੋਇਆ ਜਿਹੜਾ ਖੇਤੀ ਕਾਨੂੰਨ ਸੀ? ਹੁਣ ਉਹਨਾਂ ਨੇ ਵਾਪਸ ਕਰ ਲਏ ਨੇ ਤੇ ਇੱਥੇ ਦੀਵਾਲੀ ਵਾਂਗੂ ਖੁਸ਼ੀ ਦਾ ਮਾਹੌਲ ਹੈ। ਦੇਖੋ, ਜਦੋਂ ਦਿੱਲੀ ਗਏ ਸੀ ਉੱਥੇ 700 ਕਿਸਾਨ ਸ਼ਹੀਦ ਹੋ ਗਏ, ਉਹ ਦੁਖੀ ਦੀ ਗੱਲ ਹੈ, ਪਰ ਉਹਨਾਂ ਨੇ ਕਾਨੂੰਨ ਵਾਪਸ ਲਏ, ਉਹ ਹੁਣ ਖੁਸ਼ੀ ਦੀ ਗੱਲ ਹੈ, ਹੁਣ ਸਾਰੇ ਖੁਸ਼ੀਆਂ ਮਨਾ ਰਹੇ ਨੇ। ਹਾਂਜੀ, ਇਹ ਸਾਬਤ ਹੋ ਚੁੱਕੀ ਹੈ ਕਿਸਾਨਾਂ ਦੀ ਜਿੱਤ ਪ੍ਰਾਪਤ ਕੀਤੀ ਹੈ ਆਪਣੀ, ਜੋ ਕਹਿੰਦੇ ਸੀ ਉਹਨਾਂ ਨੇ ਕਰਕੇ ਵਿਖਾਇਆ। ਉਹ ਕਹਿੰਦੇ ਸੀ ਹਾਂ ਕਿ ਅਸੀਂ ਕਾਨੂੰਨ ਵਾਪਸ ਹੀ ਲੈ ਕੇ ਜਾਵਾਂਗੇ, ਉਨੀ ਦੇਰ ਤੱਕ ਅਸੀਂ ਇੱਥੋਂ ਹਿਲਾਂਗੇ ਨਹੀਂ ਧਰਨੇ ਤੋਂ। ਪਾਤੜਾ ਤੋਂ ਸਤਪਾਲ, ਗਰਗ ਦੀ ਰਿਪੋਰਟ।